ਮਾਣਯੋਗ ਸ਼੍ਰੀ ਵਰੁਣ ਸ਼ਰਮਾ IPS ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਸ਼੍ਰੀ ਹਰਵੀਰ ਸਿੰਘ ਅਟਵਾਲ PPS ਕਪਤਾਨ ਪੁਲਿਸ ਇਨਵੈਸਟੀਗੇਸ਼ਨ ਪਟਿਆਲਾ ਅਤੇ ਸ਼੍ਰੀ ਸੁਰਿੰਦਰ ਮੋਹਨ PPS DSP ਰਾਜਪੁਰ ਦੀ ਅਗਵਾਈ ਦੇ ਵਿੱਚ ਇੰਸਪੈਕਟਰ ਕਿਰਪਾਲ ਸਿੰਘ ਮੁੱਖ ਅਫਸਰ ਥਾਣਾ ਬਨੂੜ ਸਮੇਤ ਪੁਲਿਸ ਪਾਰਟੀ ਦੇ ਵੱਲੋਂ ਰਾਤ ਦੇ ਸਮੇਂ ਦੁਕਾਨਾਂ ਅਤੇ ਸ਼ੋਅਰੂਮ ਦੇ ਸ਼ਟਰ ਤੋੜ ਕੇ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਸੋ ਇਹਨਾਂ ਪਾਸੋਂ ਚੋਰੀ ਕੀਤਾ ਗਿਆ ਸਮਾਨ ਅਤੇ ਚੋਰੀ ਕਰਨ ਦੇ ਲਈ ਵਰਤੇ ਜਾਣ ਵਾਲੇ ਹਾਰਡ ਕਟਰ ਅਤੇ ਹਥੌੜੇ ਆਦਿ ਵੀ ਬਰਾਮਦ ਕੀਤੇ ਗਏ ਨੇ। ਇਸ ਗਿਰੋਹ ਦੇ ਫੜੇ ਜਾਣ ਦੇ ਨਾਲ ਜ਼ਿਲ੍ਹਾ ਪਟਿਆਲਾ, ਮੋਹਾਲੀ, ਰੋਪੜ, ਫਤਿਹਗੜ੍ਹ ਸਾਹਿਬ ਅਤੇ ਹਰਿਆਣਾ ਦੇ ਨਾਲ ਪੰਜਾਬ ਲੱਗਦੇ ਇਲਾਕਿਆਂ ਦੇ ਵਿੱਚ ਜੋ ਚੋਰੀਆਂ ਹੋਈਆਂ ਨੇ ਉਹਨਾਂ ਨੂੰ ਹੁਣ ਕਾਬੂ ਕਰ ਲਿਆ ਗਿਆ। ਸੋ ਇਸ ਮੌਕੇ ਪ੍ਰੈਸ ਕਾਨਫਰੰਸ ਦੇ ਦੌਰਾਨ DSP ਸੁਰਿੰਦਰ ਮੋਹਨ ਹੋਰ ਕੀ ਕੁਛ ਕਹਿ ਰਹੇ ਨੇ, ਆਓ ਸੁਣ ਲੈਂਦੇ ਹਾਂ ਉਹਨਾਂ ਦੀ ਜ਼ੁਬਾਨੀ। ਸੋ ਬਨੂੜ ਥਾਣੇ ਦੇ ਵਿੱਚ ਖੜ੍ਹੇ ਹਾਂ ਅਤੇ ਇੱਕ ਬਹੁਤ ਵੱਡੀ ਰਿਕਵਰੀ ਜਿਹੜੀ ਹੈ ਬਨੂੜ ਥਾਣੇ ਦੇ ਜਿਹੜੇ SH ਹੋ ਗਏ ਕਿਰਪਾਲ ਸਿੰਘ, ਉਹਨਾਂ ਨੂੰ ਬੜੀ ਕਾਮਯਾਬੀ ਮਿਲੀ ਹੈ। DSP ਸਾਹਿਬ ਉਰੇ ਮੌਜੂਦ ਹੈ, ਪ੍ਰੈਸ ਕਾਨਫਰੰਸ ਕਰਕੇ ਹਟੇ ਹੈ ਅਤੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਮਾਤਰਾ ਦੇ ਵਿੱਚ ਜਿਹੜਾ ਹੈ ਸਮਾਨ ਜਿਹੜਾ ਹੈ ਚੋਰੀ ਦਾ ਇਹਨਾਂ ਵੱਲੋਂ ਬਰਾਮਦ ਕੀਤਾ ਗਿਆ। ਆਪਾਂ ਗੱਲਬਾਤ ਕਰ ਲੈਂਦੇ ਹਾਂ ਸਾਡੇ ਨਾਲ ਮਾਨਯੋਗ DSP ਸਾਹਿਬ ਜਿਹੜੇ ਮੌਜੂਦ ਹੈ, ਅਤੇ ਸਰ ਕੀ ਕਹਿਣਾ ਚਾਹੋਗੇ ਵੱਡੀ ਰਿਕਵਰੀ ਜਿਹੜੀ SHO ਸਾਹਿਬ ਵੱਲੋਂ ਕੀਤੀ ਗਈ ਹੈ, ਬੜਾ ਵੱਡਾ ਇਹ ਮੈਂ ਹਾਈਲੀ ਐਪਰੀਸ਼ੀਏਟ ਕਰਦਾ ਜੀ ਇੰਸਪੈਕਟਰ ਕਿਰਪਾਲ ਸਿੰਘ, SHO ਬਨੂੜ। ਇਹਨਾਂ ਨੇ ਆਪ ਅਤੇ ਇਹਨਾਂ ਦੀ ਟੀਮ ਨੇ ਬਹੁਤ ਮਿਹਨਤ ਕਰਕੇ ਇਸ ਜਿਹੜਾ ਹੈਗਾ ਚੋਰ ਗਰੋਹ ਨੂੰ ਕਾਬੂ ਕੀਤਾ। ਕਾਫੀ ਦੇਰ ਤੋਂ ਇਸ ਇਲਾਕੇ 'ਚ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸੀ, ਸ਼ਟਰ ਟੁੱਟ ਰਹੇ ਸੀ ਅਤੇ ਇਹਨਾਂ ਨੇ ਜਿਹੜਾ ਹੈਗਾ ਇਹ ਗਰੋਹ ਦੇ 2 ਮੈਂਬਰ ਅਜੇ ਕਾਬੂ ਕੀਤੇ ਨੇ। ਕੁਛ ਇੱਕ ਇਹਨਾਂ ਦੇ ਗਰੋਹ ਮੈਂਬਰ ਜਿਹੜੇ ਹੈਗੇ ਨੇ ਉਹ ਭੱਜੇ ਹੋਏ ਨੇ, ਉਹਨਾਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਊਗਾ। ਇੰਸਪਾਈਟ ਆਫ ਦੈਟ ਇਹਨਾਂ ਦੇ ਗਰੋਹ ਦੇ ਵਿੱਚ ਕੁਛ ਵਿਮਨ ਮੈਂਬਰ ਵੀ, ਲੇਡੀਜ਼ ਵੀ ਹੈਗੀਆਂ ਨੇ, ਲੇਡੀਜ਼ ਵੀ ਇਹਦੇ ਗਰੋਹ ਮੈਂਬਰ ਹੈਗੇ ਨੇ, ਉਹ ਵੀ ਜਲਦੀ ਕਾਬੂ ਕਰ ਲਿਆ ਜਾਣਗੀਆਂ। ਇਹਨਾਂ ਦੇ ਕੋਲੋਂ ਵੱਡੀ ਮਾਤਰਾ 'ਚ ਜਿਹੜੇ ਵਾਇਰ ਰੋਲਸ ਹੈਗੇ ਨੇ, ਸੈਂਟਰੀ ਦਾ ਸਮਾਨ ਹੈਗਾ ਅਤੇ ਕਾਪਰ ਜਿਹੜਾ ਤਾਰਾਂ 'ਚੋਂ ਇਹ ਕੱਢ ਕੇ ਵੇਚਦੇ ਆ ਉਹ ਮਿਲਿਆ ਜੀ, ਅਤੇ ਅੱਗੇ ਇਹਨਾਂ ਦੀ ਇੰਟਰੋਗੇਸ਼ਨ ਹੋਰ ਜਾਰੀ ਹੈ। ਸਰ ਇਹ ਕਿੱਥੇ ਦੇ ਰਹਿਣ ਵਾਲੇ ਆ ਜਿਹੜੇ ਗਰੋਹ ਦੇ ਮੈਂਬਰ ਸੀਗੇ? ਇਹ ਜੀ ਜਿਹੜੇ ਇਹ 2 ਮੈਂਬਰ ਫੜੇ ਆ ਇਹ ਤਾਂ ਮਿਰਚ ਮੰਡੀ ਰਾਜਪੁਰਾ ਦੇ ਰਹਿਣ ਵਾਲੇ ਆ, 3 ਮੈਂਬਰ ਇਹਨਾਂ ਦੇ ਨਾਲ ਦੇ ਹੋਰ ਜਿਹੜੇ ਭਗੌੜੇ ਹੈਗੇ ਨੇ ਰਾਜਪੁਰਾ ਦੇ, 3 ਲੇਡੀਜ਼ ਵੀ ਉਹਨਾਂ ਦੇ ਨਾਲ ਹੈਗੀਆਂ ਨੇ ਅਤੇ 2 ਕੁ ਮੈਂਬਰ ਦੇ ਹਰਿਆਣੇ ਦੇ ਵੀ ਨੇ, ਇੱਕ ਰੋਪੜ ਤੋਂ ਹੈਗਾ ਜੀ। ਇਹਨਾਂ ਦੇ ਉੱਤੇ ਪਹਿਲਾਂ ਵੀ ਕਿਤੇ FIR ਦਰਜ ਆ ਸਰ? ਇਹ ਸਾਰੇ ਜਿਹੜੇ ਚੋਰੀ ਦਾ ਸਮਾਨ ਰਿਕਵਰ ਕੀਤਾ 'ਚ ਕਾਫੀ FIR ਰਜਿਸਟਰਡ ਹੈਗੀਆਂ ਨੇ ਇਹਦੇ ਅਗੇਂਸਟ। ਸੁਹਾਣੇ ਥਾਣੇ ਦੀਆਂ 2 ਚੋਰੀਆਂ ਨੇ, ਉੱਥੇ FIR ਰਜਿਸਟਰਡ ਹੈਗੀਆਂ ਨੇ। ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਹੈਗੇ, ਸਾਡੇ ਬਨੂੜ ਥਾਣੇ 'ਚ FIR ਰਜਿਸਟਰਡ ਹੈਗੀ ਹੈ। ਸੋ ਅੱਗੇ ਇਹਨਾਂ ਦੀ ਇੰਟਰੋਗੇਸ਼ਨ ਸਰ, ਇਹਨਾਂ ਤੋਂ ਇੰਟਰੋਗੇਸ਼ਨ 'ਚ ਕੁਛ ਪਤਾ ਲੱਗਿਆ ਕਿਉਂਕਿ ਇਹਨਾਂ ਦੇ ਕੋਲ ਹਥਿਆਰ ਵੀ ਹੁੰਦੇ ਸੀ, ਜੇ ਕੋਈ ਬੰਦਾ ਚੋਰੀ ਦਾ ਵਿਰੋਧ ਕਰਦਾ ਸੀ ਜਾਂ ਕੁਛ ਵੀ ਹੈ, ਕੋਈ ਇਹਨਾਂ 'ਤੇ ਕੋਈ ਇਹੋ ਜਿਹਾ ਮੁਕੱਦਮਾ ਵੀ ਪਹਿਲਾਂ ਦਰਜ ਹੈ ਕੋਈ ਇਹਨਾਂ ਦੇ ਕੋਲ ਬੰਦਾ? ਉਹ ਜੀ ਇੰਟਰੋਗੇਸ਼ਨ ਜਾਰੀ ਹੈ ਜੀ। ਇਹ ਗੱਡੀਆਂ 'ਚ ਜਾਂਦੇ ਸੀ, ਇਹਨਾਂ ਕੋਲ ਇੱਕ ਵੈਗਨਾਰ ਜਿਹੜੀ ਹੁਣ ਅਸੀਂ ਰਿਕਵਰ ਕੀਤੀ ਆ ਕਾਰ ਉਹ ਹੈਗੀ ਆ, ਇੱਕ ਇਹਨਾਂ ਕੋਲ ਸੂਮੋ ਕਾਰ ਹੈ ਅਤੇ ਇੱਕ ਇਹਨਾਂ ਦੇ ਕੋਲ ਸਫਾਰੀ ਹੈਗੀ ਆ। ਉਹ ਗੱਡੀਆਂ ਦੇ ਵਿੱਚ ਜਾਂਦੇ ਸੀ, ਮੋਸਟਲੀ ਲੋਕਾਂ ਨੂੰ ਡਾਊਟ ਨਾ ਹੋਵੇ ਲੇਡੀਜ਼ ਦੇ ਨਾਲ ਟਰੈਵਲ ਕਰਦੇ ਆ, ਉਹ ਲੇਡੀਜ਼ ਵੀ ਸਾਰੀਆਂ ਫਿਰ ਇਹਨਾਂ ਚੋਰੀ ਕਰਨ ਦੇ ਵਿੱਚ ਇਹਨਾਂ ਦੇ ਨਾਲ ਹੱਥ ਵਟਾਉਂਦੀਆਂ ਨੇ, ਚੋਰੀ ਕਰਵਾਉਂਦੀਆਂ ਨੇ ਜੀ। ਜਿਹੜਾ ਸਰ ਕਾਫੀ ਸਾਰਾ ਮਾਲ ਜਿਹੜਾ ਹੈ ਰਿਕਵਰ ਕੀਤਾ ਗਿਆ, ਬਹੁਤ ਮਹਿੰਗਾ ਪਿੱਤਲ ਵਗੈਰਾ ਦਾ ਵੀ ਸਮਾਨ ਇਸ ਵਿੱਚ ਮੌਜੂਦ ਹੈ। ਇਹ ਸਰ ਇਹਨਾਂ ਵੱਲੋਂ ਇੱਕ ਜਗ੍ਹਾ ਤੋਂ ਚੋਰੀ ਕੀਤਾ ਹੋਇਆ ਜਾਂ ਕਈ ਜਗ੍ਹਾ ਤੋਂ? ਇਹ ਡਿਫਰੈਂਟ ਜਿਹੜੀਆਂ ਪਲੇਸਿਸ ਤੋਂ, ਸ਼ੋਪਸ ਦੇ ਉੱਤੋਂ ਚੋਰੀ ਕੀਤੀਆਂ ਹੋਈਆਂ ਨੇ, ਇਹ ਹੁਣ ਸਾਰੀਆਂ ਮਿਹਨਤ ਕਰਕੇ ਉਹਨੇ ਰਿਕਵਰ ਕੀਤੀਆਂ ਨੇ, ਅੱਗੇ ਹੋਰ ਵੀ ਚੱਲ ਰਹੀ ਹੈ। ਜਿਹੜਾ ਇਹ ਜਦ ਇਹਨਾਂ ਨੂੰ ਫੜਿਆ ਗਿਆ ਸਰ, ਅਤੇ ਇਹ ਸਰ ਸਮਾਨ ਵੇਚਣ ਜਾ ਰਹੇ ਸੀ ਜਾਂ ਕਿਤੇ ਸਟੋਰ? ਕੁਛ ਸਮਾਨ ਵੇਚਣ ਜਾ ਰਹੇ ਸੀ,
ਕੁਛ ਇਹਨਾਂ ਦੀ ਜਿਹੜੀ ਇੰਟੈਰੋਗੇਸ਼ਨ ਦੇ ਉੱਤੇ ਰਿਕਵਰ ਕੀਤਾ ਹੈਗਾ। ਕੀ ਕਹਿਣਾ ਚਾਹੋਗੇ ਸਰ, ਬਹੁਤ ਵੱਡੀ ਰਿਕਵਰੀ ਹੈ ਪੂਰੀ ਟੀਮ ਨੂੰ ਕੀ? ਮੈਂ ਇਹਨਾਂ ਨੂੰ ਬਹੁਤ ਜ਼ਿਆਦਾ, ਇਹਨਾਂ ਨੇ ਅੱਛਾ ਕੰਮ ਕੀਤਾ, ਇਹਦੇ ਰਿਗਾਰਡਿੰਗ ਇਹਨਾਂ ਦੀ ਐਪਰੀਸ਼ੀਏਸ਼ਨ ਦੇਣਾ, ਅਤੇ SSP ਸਾਹਿਬ ਨੇ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ। ਠੀਕ ਹੈ, ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ। ਇਹ ਸੀਗੇ DSP ਜਿਹੜੇ ਹੈਗੇ ਹਲਕਾ ਰਾਜਪੁਰਾ, ਅਤੇ ਤੁਸੀਂ ਦੇਖ ਸਕਦੇ ਹੋ ਕਿ ਬੜੀ ਵੱਡੀ ਰਿਕਵਰੀ ਜਿਹੜੀ ਕੀਤੀ ਗਈ ਹੈ, ਕਿੰਨੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਹਥਿਆਰ ਤੁਸੀਂ ਦੇਖ ਸਕਦੇ ਹੋ ਜਿਹੜੇ ਚੋਰੀ ਕਰਨ ਦੇ ਵਿੱਚ ਵਰਤੇ ਜਾਂਦੇ ਸੀਗੇ। ਕਿਰਪਾਲ ਜੀ ਸਾਡੇ SHO ਸਾਹਿਬ ਵੱਲੋਂ ਜਿਹੜਾ ਹੈ ਇਹ ਰਿਕਵਰੀ ਜਿਹੜੀ ਕੀਤੀ ਗਈ ਹੈ, ਤੁਸੀਂ ਦੇਖ ਸਕਦੇ ਹੋ ਕਿ ਵੱਡੀ ਮਾਤਰਾ ਦੇ ਵਿੱਚ ਤਾਂਬੇ ਦਾ ਸਮਾਨ ਅਤੇ ਟੂਟੀਆਂ ਵਗੈਰਾ ਜਿਹੜੀਆਂ ਬਰਾਮਦ ਕੀਤੀ ਗਈ ਹੈ, ਅਤੇ ਕਾਫੀ ਵੱਡੀ ਜਿਹੜੀ ਹੈ ਇਹ ਰਿਕਵਰੀ ਜਿਹੜੀ ਦੱਸੀ ਜਾ ਰਹੀ ਹੈ। ਅਤੇ DSP ਸਾਹਿਬ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ SSP ਸਾਹਿਬ ਨੂੰ ਕਹਿ ਕੇ ਇਹਨਾਂ ਨੂੰ ਜਿਹੜੀ ਹੈ ਸ਼ਾਬਾਸ਼ੀ ਜਿਹੜੀ ਹੈ ਦਿੱਤੀ ਜਾਏਗੀ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਇਹ ਹੈ ਕਿ ਪੁਲਿਸ ਵੱਲੋਂ ਹੋਰ ਕਿਹੜੀਆਂ ਜਿਹੜੀਆਂ ਚੋਰੀਆਂ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਉਹਨਾਂ 'ਤੇ ਥਲ ਪਾਈ ਜਾਂਦੀ ਹੈ। ਕੈਮਰਾਮੈਨ ਮੋਹਿਤ ਦੇ ਨਾਲ ਬਨੂੜ ਤੋਂ ਸੰਦੀਪ ਚੌਧਰੀ, ਨਿਊਜ਼ 18 ਪੰਜਾਬ।